ਸੋ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ 2023 ਦਾ ਐਂਡ ਤਾਂ ਹੋ ਰਿਹਾ ਪਰ ਨਾਲ ਦੀ ਨਾਲ ਨਵੀਆਂ ਉਮੀਦਾਂ ਆਸਟ੍ਰੇਲੀਆ ਨੂੰ ਲੈ ਕੇ 2024 ਦੇ ਨਾਲ ਬਹੁਤ ਸਾਰੇ ਸਟੂਡੈਂਟਸ ਦੀਆਂ ਅਸੀਂ ਆਪਣੇ ਪੰਜਾਬ ਤੇ ਹਰਿਆਣਾ ਸਟੂਡੈਂਟਸ ਦੀ ਗੱਲ ਕਰ ਲਈਏ 2023 ਵਿੱਚ ਕਾਫੀ ਡਰ ਚਿੰਤਾ ਵਿੱਚ ਸਟੂਡੈਂਟ ਜ਼ਰੂਰ ਨਜ਼ਰ ਆਇਆ ਪਰ ਜਿਵੇਂ ਜਿਵੇਂ ਹੁਣ 2023 ਖਤਮ ਹੋ ਰਿਹਾ 2024 ਦੇ ਨਾਲ ਸਟੂਡੈਂਟਸ ਦੇ ਮਨ ਵਿੱਚ ਨਵੀਆਂ ਉਮੀਦਾਂ ਨੇ ਕਿ ਪੰਜਾਬ ਹਰਿਆਣਾ ਦੇ ਸਟੂਡੈਂਟਸ ਨੂੰ ਪਹਿਲਾਂ ਕੁਝ ਯੂਨੀਵਰਸਿਟੀਆਂ ਵੱਲੋਂ ਜੋ ਹੈ ਐਡਮਿਸ਼ਨਸ ਨਹੀਂ ਦਿੱਤੀਆਂ ਜਾ ਰਹੀਆਂ ਸੀ ਹੁਣ ਕੀ ਪੂਰੇ ਖੁੱਲੇ ਮੌਕੇ ਮਿਲਣ ਵਾਲੇ ਨੇ ਕੀ ਹੋਣਗੇ ਹੀ ਪੋਜ਼ਿਟਿਵ ਰਿਸਪੌਂਸ ਆਸਟ੍ਰੇਲੀਆ ਤੋਂ ਮਿਲਣ ਵਾਲਾ ਹੈ ਕਿਵੇਂ ਦਾ ਹੁਣ ਅੱਗੋਂ ਆਪਾਂ ਟ੍ਰੈਂਡ ਦੇਖ ਸਕਦੇ ਹਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਇਸ ਦੇ ਉੱਪਰ ਇੱਕ ਮਾਹਿਰ ਸਲਾਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਆਸਟ੍ਰੇਲੀਆ ਨੂੰ ਲੈ ਕੇ ਇਹਨਾਂ ਖਾਸ ਪੁਆਇੰਟਸ ਉੱਪਰ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਜੀ ਸੋ ਮੈਮ ਜਿਵੇਂ ਕਿ ਮੈਂ ਹਰ ਵਾਰੀ ਗੱਲ ਕਰਦੀ ਆ ਤੁਹਾਡਾ ਤਕਰੀਬਨ 26-27 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ ਤਜਰਬਾ ਹੈ ਹਰ ਸਾਲ ਦੇ ਨਾਲ ਤੁਸੀਂ ਟ੍ਰੈਂਡ ਨੂੰ ਸਮਝਦੇ ਹੋ ਕੰਪੈਰੀਜ਼ਨ ਵੀ ਕਰਦੇ ਹੋ ਕਿ ਪਿਛਲੇ ਸਾਲਾਂ ਵਿੱਚ ਕਿਵੇਂ ਦਾ ਮਾਹੌਲ ਸੀ ਹੁਣ ਕਿਵੇਂ ਆ ਪਪਾ 2024 ਤੇ ਸਿੱਧਾ ਜੇ ਕਰਾਈਏ ਪੰਜਾਬ ਤੇ ਹਰਿਆਣਾ ਦੇ ਸਟੂਡੈਂਟ ਦੀ ਗੱਲ ਕਰ ਲਈਏ ਜਿਹੜਾ ਪੰਜਾਬ ਹਰਿਆਣਾ ਸਟੇਟ ਬੋਰਡ ਤੋਂ ਪਾਸ ਆਊਟ ਸਟੂਡੈਂਟ ਹੈ 2023 ਥੋੜੀ ਨਮੋਸ਼ੀ ਜ਼ਰੂਰ ਉਹਨਾਂ ਨੂੰ ਵੇਖਣ ਨੂੰ ਮਿਲੀ ਹੈ 2024 ਨੂੰ ਲੈ ਕੇ ਤੁਹਾਡਾ ਅੰਕਲਨ ਕੀ ਕਹਿੰਦਾ ਹੈ ਹਰ ਜੋਤ ਇਦਾਂ ਹੈ ਕਿ ਸਟੂਡੈਂਟਸ ਦਾ ਜਿਹੜਾ ਹੈ ਨਾ ਦੇਖੋ ਜਾਣਾ ਕਦੀ ਵੀ ਰੁਕੇਗਾ ਨਹੀਂ ਜੀ ਕਿਉਂਕਿ ਪਤਾ ਹੈ ਕਿ ਲਾਈਫ ਸਟਾਈਲ ਔਰ ਹਰ ਬੱਚਾ ਅੱਗੇ ਤਰੱਕੀ ਚਾਹੁੰਦਾ ਹੈ ਲਾਈਫ ਦੇ ਵਿੱਚ ਤੇ ਉਹਨਾਂ ਨੂੰ ਜਦ ਉਹਨਾਂ ਦੇ ਫਰੈਂਡਸ ਜਾਂ ਉਹਨਾਂ ਦੇ ਰਿਲੇਟਿਵਸ ਦੱਸਦੇ ਕਿ ਸਾਡਾ ਜਿਹੜਾ ਉੱਥੇ ਦਾ ਸਿਸਟਮ ਅੱਛਾ ਹੈ ਉੱਥੇ ਐਦਾਂ ਨਹੀਂ ਕਿ ਕੋਈ ਟ੍ਰੈਫਿਕ ਵਾਲੇ ਨੂੰ ਬ੍ਰਾਈਬ ਦੇ ਦਿੱਤੀ ਕੋਈ ਕਿਸੇ ਮਹਿਕਮੇ ਚ ਬ੍ਰਾਈਬ ਦੇ ਦਿੱਤੀ ਆਨਲਾਈਨ ਇੱਕ ਮੇਲ ਪਾਓ ਤੁਹਾਡਾ ਸਾਰਾ ਕੰਮ ਹੋ ਜਾਂਦਾ ਹੋ ਸਕਦਾ ਹੈ ਕਿ ਉੱਥੇ ਜਿਹੜਾ ਬੱਚਿਆਂ ਨੂੰ ਘਰ ਦੇ ਕੰਮ ਆਪ ਕਰਨੇ ਪੈਣ ਇੱਥੇ ਇੰਡੀਆ ਵਾਂਗੂ ਮੇਡ ਨਹੀਂ ਮਿਲਦੀਆਂ ਕੁਝ ਸਟਰਗਲ ਵੀ ਹੁੰਦਾ ਇਨੀਸ਼ੀਅਲ ਸਟੇਜਸ ਦੇ ਵਿੱਚ ਬਟ ਉਹਨਾਂ ਨੂੰ ਲਾਈਫ ਜਿਹੜੀ ਹੈ ਕੁਝ ਬੈਟਰ ਲੱਗਦੀ ਹੈ ਤੇ ਇਸ ਕਰਕੇ ਉਹ ਜਾਣਾ ਪਸੰਦ ਕਰਦੇ ਆ ਔਰ ਮੇਰੇ ਖਿਆਲ ਪੰਜਾਬ ਹਰਿਆਣਾ ਦੀ ਜਿਹੜੀ ਫੈਮਲੀਆਂ ਕਾਫੀ ਚਲੀ ਗਈਆਂ ਤੇ ਫੈਮਲੀ ਨੂੰ ਫੈਮਲੀ ਖਿੱਚਦੀ ਹੈ ਅੱਗੇ ਉਹਨਾਂ ਦੇ ਜੈਥੇ ਬ੍ਰਦਰ ਸਿਸਟਰ ਹੈ ਜਾਂ ਕੋਈ ਵੀ ਉਹ ਅੱਗੇ ਉਹਨਾਂ ਨੂੰ ਨਾਲ ਆਪਣੇ ਲੈ ਕੇ ਜਾਣਾ ਚਾਹੁੰਦੇ ਤੇ ਇਹ ਟ੍ਰੈਂਡ ਤੇ ਰੁਕਦਾ ਨਹੀਂ ਹੈ ਸੈਕੰਡ ਇ ਕਹੀਏ ਕਿ ਕੁਝ ਯੂਨੀਵਰਸਟੀਆਂ ਨੇ ਪਿੱਛੇ ਜਿਹੜਾ ਨੇਚੁਰਲ ਆ ਕਿ ਪੰਜਾਬ ਹਰਿਆਣਾ ਦੇ ਜਿਹੜੇ ਬੱਚਿਆਂ ਦਾ ਜਿਹੜਾ ਕਿ ਨਹੀਂ ਲੈਣੇ ਆ ਇਹ ਕਿਸਮ ਤੋਂ ਉਹਨਾਂ ਨੇ ਬਾਈਕਾਟ ਕਰਤਾ ਸੀਗਾ ਕਿ ਪੰਜਾਬ ਹਰਿਆਣਾ ਦੇ ਕਾਫੀ ਸਾਰੇ ਯੂਨੀਵਰਸਿਟੀਆਂ ਨੇ ਬਟ ਉਹ ਮੈਕਸਿਮਮ ਯੂਨੀਵਰਸਿਟੀਆਂ ਨੇ ਸਟਾਰਟ ਵੀ ਕਰਤਾ ਹੈ ਆਲਥੋ ਇੱਕ ਦੋ ਹੋਰ ਯੂਨੀਵਰਸਿਟੀਆਂ ਨੇ ਮਨਾ ਕੀਤਾ ਪਰ ਜਿਨ੍ਹਾਂ ਨੇ ਪਹਿਲੇ ਮਨਾ ਕੀਤਾ ਸੀ ਉਹਨਾਂ ਨੇ ਸ਼ੁਰੂ ਕਰਤਾ ਤੇ ਉਹ ਆਨ ਐਂਡ ਐਵਰੇਜ ਉਹੀ ਚੀਜ਼ ਰਹੇਗੀ ਕੋਈ ਲੈ ਰਿਹਾ ਕੋਈ ਨਹੀਂ ਲੈ ਰਿਹਾ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹੂੰਗੀ ਤੁਸੀਂ ਆਪਣਾ ਪ੍ਰੋਫਾਈਲ ਮੇਨਟੇਨ ਕਰੋ 이지 چیزਾਂ ਵਿੱਚ ਨਾ ਜਾਓ ਕੋਈ ਲੁਭਾਵਣੀ ਵੀ چیزਾਂ ਵਿੱਚ ਨਾ ਜਾਓ ਤੇ ਤੁਹਾਡੇ ਵੀਜ਼ੇ ਚ ਪ੍ਰੋਬਲਮ ਨਹੀਂ ਆਏਗੀ ਜੇ ਤੁਸੀਂ ਪੜ੍ਹਾਈ ਜੋ ਪੜ੍ਹਾਈ ਕਰਨ ਵਾਲੇ ਹੋ ਔਰ ਤੁਸੀਂ ਜਿਹੜੇ ਬੱਚੇ ਹੁਣ ਪਲੱਸ 2 ਕਰ ਰਹੇ ਆ ਜਾਂ ਗ੍ਰੈਜੂਏਸ਼ਨ ਕਰ ਰਹੇ ਆ ਉਹਨਾਂ ਦੇ ਵਾਸਤੇ ਸਪੈਸ਼ਲ ਮੈਸੇਜ ਹੈ ਮੇਰਾ ਕਿ ਆਪਣੇ ਪੜ੍ਹਾਈ ਤੇ ਤੁਸੀਂ ਬਿਲਕੁਲ ਫੋਕਸ ਰੱਖੋ ਜੇ ਫੋਕਸ ਰੱਖੋਗੇ ਤਾਂ ਵੀਜ਼ੇ ਨੂੰ ਪ੍ਰੋਬਲਮ ਨਹੀਂ ਪੇਰੈਂਟਸ ਦਾ ਕੰਮ ਹੈ ਫਾਈਨੈਂਸ਼ੀਅਲ ਮੈਨੇਜ ਕਰਨਾ ਉਹ ਸਾਡੇ ਕੋਲ ਆ ਕੇ ਕਾਉਂਸਲਿੰਗ ਲੈ ਸਕਦੇ ਆ ਕਿ ਉਹਨਾਂ ਨੂੰ ਕਿਹੜੀ ਸਟੇਜ ਤੇ ਫੰਡਸ ਮੈਨੇਜ ਕਰਨੇ ਪੈਣਗੇ 3 ਮੰਥਸ 올ਡ ਮੈਕਸਿਮਮ ਯੂਨੀਵਰਸਿਟੀ ਮੰਗਦੀ ਹੈ ਤੇ ਤੁਸੀਂ ਤਿੰਨ ਮਤਲਬ ਬੱਚੇ ਨੂੰ ਜਦ ਭੇਜਣਾ ਉਸ ਤੋਂ ਪਹਿਲੇ ਆਪਣੀ ਫੰਡਿੰਗ ਅਰੇਂਜਮੈਂਟ ਇਨਕਮ ਟੈਕਸ ਰਿਟਰਨਾਂ ਦੇ ਮੈਨੇਜਮੈਂਟ ਇਹ ਸਾਰੀ ਚੀਜ਼ਾਂ ਤੁਸੀਂ ਕਰੋ ਔਰ ਬੱਚਾ ਆਪਣੀ ਪੜ੍ਹਾਈ ਤੇ ਫੋਕਸ ਕਰੇ ਤੇ ਦੇਖੋ ਹਰ ਅੰਬੈਸੀ ਵੀਜ਼ਾ ਦੇਣ ਵਾਸਤੇ ਬੈਠੀ ਹੈ ਉਹਨਾਂ ਨੂੰ ਕਾਫੀ ਬੜੀ ਇਨਕਮ ਹੈ ਇਹ ਨਹੀਂ ਕਿ ਬੱਚਾ ਹੀ ਜਾਣਾ ਚਾਹ ਰਿਹਾ ਅੰਬੈਸੀਆਂ ਵੀ ਲੈਣਾ ਜਾ ਰਹੀਆਂ ਰੀਜ਼ਨ ਜਿਹੜਾ ਇੰਨੇ ਕਿ ਉਹਨਾਂ ਨੂੰ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਫੀਸ ਦੇ ਵਿੱਚ ਇੰਟਰਨੈਸ਼ਨਲ ਫੰਡਿੰਗ ਇੰਨੀ ਆ ਰਹੀ ਹੈ ਯੰਗ ਏਜ ਦੇ ਬੱਚੇ ਜਾ ਰਹੇ ਜਿਹੜੇ ਕਿ ਉਹਨਾਂ ਦੇ ਇੱਕ ਉਹਨਾਂ ਦੇ ਕੋਲ ਇੰਨੀ ਪਾਪੂਲੇਸ਼ਨ ਨਹੀਂ ਆ ਕੰਮ ਵਾਸਤੇ ਕਿ ਸਾਡੇ ਬੱਚੇ ਜਿਹੜੇ ਪਾਰਟ ਟਾਈਮ ਕੰਮ ਕਰਦੇ ਆ ਫਿਰ ਉਹਦੇ ਬਾਅਦ ਜਦੋਂ ਸੈਟਲ ਹੋ ਜਾਂਦੇ ਆ ਫਿਰ ਪੋਸਟ ਸਟਡੀ ਵਰਕ ਪਰਮਿਟ ਚ ਕੰਮ ਕਰਦੇ ਆ ਉਹਨਾਂ ਨੂੰ ਇੱਕ ਬਹੁਤ ਬੜੀ ਤਦਾਦ ਚ ਜਿਹੜੇ ਕੰਮ ਦੀ ਵੀ ਸਮੱਸਿਆ ਹਾਲ ਹੋ ਰਹੀ ਐ ਪੈਸਾ ਵੀ ਜਾ ਰਿਹਾ ਉਹ ਲੈਣਾ ਚਾਹੁੰਦੇ ਬਸ ਤੁਸੀਂ ਆਪਣਾ ਪ੍ਰੋਫਾਈਲ ਮੈਨੇਜ ਕਰੋ ਕੋਈ ਗਲਤ ਡਾਕੂਮੈਂਟਸ ਨਾ ਲਗਾਓ ਕੁਛ ਇਦਾਂ ਦਾ ਨਾ ਕਰੋ ਕਿ ਤੁਹਾਡੇ ਵਾਸਤੇ ਇਹ ਚੀਜ਼ਾਂ ਦੀ ਪ੍ਰੋਬਲਮ ਆ ਬਿਲਕੁਲ ਬਿਲਕੁਲ ਸੋ ਇਹ ਤਾਂ ਬਿਲਕੁਲ ਹੀ ਸਟੂਡੈਂਟਸ ਦੇ ਮਨ ਵਿੱਚ ਦਿਮਾਗ ਵਿੱਚ ਇਹ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਬਿਲਕੁਲ ਵੀ ਕਿਤੇ ਵੀ ਫਰਾਡ ਡਾਕੂਮੈਂਟ ਨਹੀਂ ਲਗਾਣਾ ਹੈ ਕਿਉਂਕਿ ਆਸਟ੍ਰੇਲੀਆ ਨੇ ਆਪਣੀ ਜੋ ਰੀਸੈਂਟ ਅਸੀ ਰੂਲਸ ਇਹ ਗੱਲ ਕਰ ਲਈ ਹੈ ਜਿਸ ਤਰੀਕੇ ਨਾਲ ਵੀਜ਼ਾ ਲੱਕ ਕੇ ਆ ਰਹੇ ਨੇ ਸੋ ਸਾਫ਼ ਤੌਰ ਤੇ ਕਲੀਅਰ ਹੈ ਛੋਟੀ ਜਿਹੀ ਵੀ ਗਲਤੀ ਕਰ ਦਿਓ ਤੁਸੀਂ ਅਗਰ ਕਿਤੇ ਵੀ ਮੈਂ ਤਾਂ ਨਹੀਂ ਕਹ ਖੁਸ਼ਖਬਰੀ ਦੇਣੀ ਹੈ ਕਿ ਇਸ ਟਾਈਮ ਆਟੋ ਗ੍ਰਾਂਟ ਵੀ ਆ ਰਹੇ ਆ ਵੀਜ਼ਾ ਬਿਲਕੁਲ ਆਟੋ ਗ੍ਰਾਂਟ ਮੀਨਸ ਜਿਹੜਾ ਵਿਥਿਨ 5 ਡੇਜ਼ ਜਾਂ ਵਿਥਿਨ ਅ ਡੇ ਜਿਹੜੇ ਵੀਜ਼ਾ ਆ ਰਹੇ ਆ ਕਾਫੀ ਸਾਰੇ ਵੀਜ਼ਾ ਆਟੋ ਗ੍ਰਾਂ ਫੀਡ ਚੈਕਿੰਗ ਤੇ ਆਟੋ ਗ੍ਰਾਂਟ ਕਰਦਾਂਦੇ ਜੇ ਪ੍ਰੋਫਾਈਲ ਅੱਛੀ ਹੁੰਦੀ ਹੈ ਤੁਹਾਡਾ ਗੈਪ ਨਹੀਂ ਹੈ ਤੁਹਾਡਾ ਆਇਲਸ ਦਾ ਮਤਲਬ ਇੱਕ ਫੀਡ ਕਰਤਾ ਗਿਆ ਕੰਪਿਊਟਰ ਚ ਕਿ ਇਹੋ ਜਿਹਾ ਬੱਚਾ ਜਿਹੜਾ ਹੋਏਗਾ ਨਾ ਆਟੋਮੈਟਿਕਲੀ ਵੀਜ਼ਾ ਹੋ ਜਾਏਗਾ ਤੇ ਉਸ ਚੀਜ਼ ਨੇ ਵੀ ਇੱਕ ਸਟੂਡੈਂਟ ਨੂੰ ਬੈਨੀਫਿਟ ਮਿਲ ਸਕਦਾ ਹੈ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਆਪਣੇ ਪ੍ਰੋਫਾਈਲ ਤੇ ਕੰਮ ਕਰੋ ਤੁਸੀਂ ਪਰਸੈਂਟੇਜ ਆਪਣੇ ਠੀਕ ਰੱਖੋ ਸਭ ਤੋਂ ਬੜੀ ਪ੍ਰੋਬਲਮ ਸਾਨੂੰ ਕੀ ਆਉਂਦੀ ਹੈ ਕਾਉਂਸਲਿੰਗ ਚ ਬੱਚਿਆਂ ਨੇ ਆਰਟਸ ਰੱਖਿਆ ਹੋਇਆ ਹੈ ਹਣਾ 8 ਦੇ ਵਿੱਚ ਵੀ ਸਬਜੈਕਟ ਜਿਹੜੇ ਇਹੋ ਜੇ ਰੱਖ ਲੈ ਪੇਂਟਿੰਗ ਰੱਖ ਲਈ ਡਰਾਇੰਗ ਰੱਖ ਲਈ ਹਣਾ ਲੈਂਗੁਏਜ ਦੇ ਦੋ ਸਬਜੈਕਟ ਹਿੰਦੀ ਪੰਜਾਬੀ ਰੱਖ ਲਈ ਤੇ ਜਿਹੜੇ ਮੇਨ ਸਬਜੈਕਟਸ ਆ ਉਹ ਤਿੰਨ ਵੱਜ ਜਾਂਦੇ ਆ ਔਰ ਜਦ ਕਿ ਯੂਨੀਵਰਸਿਟੀਆਂ 4 ਸਬਜੈਕਟ ਜੇ ਤੁਹਾਡੇ 6 ਆ ਫਿਰ ਉਹ ਲੈਂਦੀਆਂ ਤੇ ਇਹ ਵੀ ਤੁਸੀਂ ਬੜਾ ਧਿਆਨ ਰੱਖੋ ਜਿਹੜੇ ਸਬਜੈਕਟਸ ਹੋਣ ਤੁਹਾਡੇ ਬਹੁਤ ਅੱਛੇ ਹੋਣ ਜਿੰਨੇ ਅੱਛੇ ਸਬਜੈਕਟਸ ਹੋਣਗੇ ਉਨਹੀਂ ਹੀ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਈਜ਼ੀ ਹੋਏਗਾ ਤੁਸੀਂ ਇਹ ਦੇਖੋ ਮੈਂ ਅੱਜ ਕਾਫੀ ਸਟੱਡੀ ਕੀਤੀ ਹੈ ਬੱਚਿਆਂ ਵਾਸਤੇ ਜਿੱਦਾਂ ਮੈਂ ਆਰਟੀਫੀਸ਼ਲ ਇੰਟੈਲੀਜੈਂਸ ਦਾ ਕਾਫੀ ਬੋਲਦੀ ਆ ਸਾਈਬਰ ਸਕਿਉਰਿਟੀ ਡਾਟਾ ਐਨਾਲਿਸਿਸ ਕਲਾਊਡ ਕੰਪਿਊਟਿੰਗ ਕਾਫੀ ਸਾਰੀ ਚੀਜ਼ਾਂ ਇਹਨਾਂ ਦੇ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦਾ ਹਿੱਸਾ ਹੈ ਹੁਣ ਮੈਂ ਉਹਨਾਂ ਦੇ ਵਾਸਤੇ ਸਟੱਡੀ ਕਰ ਰਹੀ ਸੀ ਆਰਟੀਫੀਸ਼ਲ ਇੰਟੈਲੀਜੈਂਸ ਬੱਚਾ ਕਿਉਂ ਕਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਸੈਲਰੀ ਹੈ ਐਵਰੇਜ ਸੈਲਰੀ 2 ਲੱਖ ਰੁਪਿਆ ਸਾਲ ਦੀ ਆ ਰਹੀ ਆ ਹੈਨਾ ਤੁਸੀਂ ਇਹ ਦੇਖੋ ਕਿ ਇੰਨੀ ਕੁ ਸਟਾਰਟਿੰਗ ਸੈਲਰੀ ਅੱਛੀ ਹੋਏਗੀ ਤੇ ਬੱਚੇ ਨੂੰ ਫਿਰ ਕਿਧਰੇ ਵਰਕ ਫਰਮ ਹੋਮ ਮਿਲ ਰਿਹਾ ਚਾਹੇ ਆਸਟ੍ਰੇਲੀਆ ਕਰੇ ਚਾਹੇ ਕੈਨੇਡਾ ਕਰੇ ਚਾਹੇ ਯੂਕੇ ਕਰੇ ਮਤਲਬ ਫੈਸਿਲਿਟੀਆਂ ਇੰਨੀ achhiyan courses ਜੇ ਤੁਸੀਂ ਦੇਖਣ ਜਾਓ ਤੇ ਉਹ ਕੋਰਸ 'ਚ ਵੀਜ਼ਾ ਅਫੀਸਰ ਕਿੱਦਾਂ ਵੀਜ਼ਾ ਨੂੰ ਮਨ੍ਹਾ ਕਰ ਸਕਦਾ ਹੈ ਪਿਛਲਾ ਪ੍ਰੋਫਾਈਲ ਅੱਛਾ ਆ ਰਿਹਾ ਹੈ ਅਗਲਾ ਅੱਛਾ ਕੋਰਸ ਕਰਨ ਜਾ ਰਿਹਾ ਹੈ ਪੇਰੈਂਟਸ ਨੇ ਸਮਝਦਾਰੀ ਨਾਲ ਫੰਡਿੰਗ ਮੈਨੇਜ ਕੀਤੀ ਹੈ ਹੁਣ ਤੁਸੀਂ ਦੇਖੋ ਮੇਰੇ ਕੋਲ ਉਹ ਵੀ ਕੇਸ ਆਇਆ ਜਿਨ੍ਹਾਂ ਦੀ 35 ਲੱਖ 36 ਲੱਖ ਦੀ ਇਨਕਮ ਟੈਕਸ ਰਿਟਰਨ ਹੈ ਔਰ ਬੈਂਕ ਦੇ ਵਿੱਚ ਇੱਕ ਪੈਸਾ ਵੀ ਨਹੀਂ ਰੱਖਿਆ ਕਿਉਂ ਨਹੀਂ ਰੱਖਿਆ ਕਿ ਬੈਂਕ 'ਚ ਨਹੀਂ ਰੱਖਣਾ ਜੀ ਨਾ ਆ ਕਿਧਰੇ ਵੀ ਤੁਸੀਂ ਇਨਵੈਸਟ ਕਰ ਦੋ ਉਹ ਵੀਜ਼ਾ ਅਫੀਸਰ ਕਹਿੰਦਾ ਹੈ ਕਿ ਯੂਕੇ ਦਾ ਟੂਰਿਸਟ ਵੀਜ਼ਾ ਦੀ ਕੈਟਾਗਰੀ ਚ ਆਂਦਾ ਸੀ ਇੱਕ ਕੋਰਸ ਉਹ ਕਹਿੰਦਾ ਕਿ ਤੁਸੀਂ ਤੁਹਾਡੀ ਇਨਕਮ ਇੰਨੀ ਆ ਤੁਹਾਡੀ ਫੰਡਿੰਗ ਹੈ ਹੀ ਨਹੀਂ ਜਮਾ ਹੀ ਨਹੀਂ ਕਿਤੇ ਹੋਏ ਤੁਸੀਂ ਤੇ ਜੇ ਤੁਹਾਡੇ ਪੇਰੈਂਟਸ ਫੰਡਸ ਚੰਗੀ ਤਰ੍ਹਾਂ ਮੈਨੇਜ ਕਰਦੇ ਆ ਸਮਝਦੇ ਹੁੰਦੇ ਆ ਕਿ ਅੰਬੈਸੀ ਨੂੰ ਕੀ ਚਾਹੀਦਾ ਹੋ ਸਕਦਾ ਇਹਨਾਂ ਦੀ ਇਨਕਮ ਕਰੋੜਾਂ ਦੀ ਹੋਵੇ ਕਈ ਵਾਰ ਇੰਡੀਆ ਚ ਇਹ ਆ ਕਿ ਟੈਕਸ ਬਚਾਉਣ ਵਾਸਤੇ ਉਹ ਜਿਹੜਾ ਹੈ ਸ਼ੋ ਨਹੀਂ ਕਰਦੇ ਤੇ ਇਹ ਚੀਜ਼ਾਂ ਕੰਸਲਟੈਂਟ ਤੋਂ ਤੁਹਾਨੂੰ ਸਮਝ ਨਹੀਂ ਪੈਂਦੇ ਆ ਉਹਨਾਂ ਨੂੰ ਕੀ ਚਾਹੀਦਾ 10 ਲੱਖ ਤੋਂ 15 ਲੱਖ ਦੀ ਇਨਕਮ ਟੈਕਸ ਰਿਟਰਨ ਜ਼ਰੂਰ ਮੈਨੇਜ ਕਰੋ ਆਸਟ੍ਰੇਲੀਅਨ ਹਾਈ ਕਮਿਸ਼ਨ ਵਾਸਤੇ ਠੀਕ ਹੈ ਫੰਡ 3 ਮੰਥਸ 올ਡ ਤੁਹਾਡੇ 25 30 ਲੱਖ ਰੁਪਿਆ ਔਰ ਬੈਂਕ ਲੋਨ ਬਹੁਤ ਈਜ਼ੀ ਹੈ ਕੋਈ ਵੀ ਸਟੂਡੈਂਟ ਮੇਰੇ ਕੋਲ ਆਏ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਗਵਰਨਮੈਂਟ EMPLOYE ਹੈ ਜਾਂ ਪ੍ਰਾਈਵੇਟ ਜੌਬ ਅੱਛੀ ਹੈ ਇਨਕਮ ਟੈਕਸ ਰਿਟਰਨ ਠੀਕ ਪੜ ਰਿਹਾ ਹੈ ਵਿਦਆਊਟ ਸਿਕਿਉਰਿਟੀ 2 ਲੱਖ ਤੱਕ ਦਾ ਲੋਨ ਬੈਂਕ ਦੇ ਰਿਹਾ ਸੀ ਪੂਰੀ ਹੈਲਪ ਕਰ ਰਹੇ ਹਾਂ ਸਟੂਡੈਂਟ ਦੀ ਉਸ ਚੀਜ਼ 'ਚ ਵੀ ਜੀ 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 ਬਿਲਕੁਲ ਸੋ ਹਰ ਤਰੀਕੇ ਨਾਲ ਸਟੂਡੈਂਟਸ ਨੂੰ ਜਿੱਥੇ ਮਦਦ ਦੀ ਜ਼ਰੂਰਤ ਹੈ ਵਧੀਆ ਸਹੀ ਗਾਈਡੈਂਸ ਦੀ ਜ਼ਰੂਰਤ ਹੈ ਜਿਹੜਾ ਨੰਬਰ ਡਿਸਪਲੇਸ ਉਪਰ ਕਾਲ ਕਰਕੇ ਵੀ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਮੈਮ ਦਾ ਜਿਹੜਾ 26 27 ਸਾਲਾਂ ਦਾ ਤਜਰਬਾ ਹੈ ਉਸ ਦੇ ਵਿੱਚੋਂ ਤੁਸੀਂ ਵੀ ਆਪਣੇ ਲਈ ਸਹੀ ਡਿਸੀਜਨ ਲਈ ਸਹੀ ਗਾਈਡੈਂਸ ਜ਼ਰੂਰ ਮੈਮ ਤੋਂ ਲੈ ਸਕਦੇ ਹੋ ਨੰਬਰ ਡਿਸਪਲੇਆ 'ਚ ਆਇਸ ਤੇ ਕਾਲ ਕਰੋ ਚਾਹੇ ਕਿ ਆਪਣੇ ਡਾਕੂਮੈਂਟਸ ਲੈ ਕੇ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਤੋਂ ਵੀਜ਼ਿਟ ਕਰ ਸਕਦੇ ਹੋ ਅਸੈਸਮੈਂਟ ਕਰਵਾਓ ਤੇ ਸਾਰੀਆਂ ਆਪਸ਼ਨਸ ਨੇ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਸਾਰੀਆਂ ਆਪਸ਼ਨਸ ਨੂੰ ਜੋ ਤੇ ਆਪਣੀ ਲਾਈਫ ਲਈ ਆਪਣੇ ਫਿਊਚਰ ਲਈ ਸਹੀ ਡਿਸੀਜਨ ਲੈ ਕੇ ਅੱਗੇ ਵਧੋ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਅੱਜ ਇਹ ਬਹੁਤ ਖਾਸ ਗੱਲਾਂ ਜੋ ਹੈ ਸਟੂਡੈਂਟਸ ਨੂੰ ਸਮਝਾਈਆਂ ਨੇ ਤੇ ਅੱਗੋਂ ਵੀ ਅਸੀਂ ਮੈਮ ਨੂੰ ਲੈ ਕੇ ਹੋਰ ਇਨਫੋਰਮੇਟਿਵ ਵੀਡੀਓਜ਼ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਵਾਂਗੇ ਤਾਂ ਕਿ ਤੁਹਾਡੇ ਹੋਰ ਵੀ ਜੋ ਡਾਊਟਸ ਹੈ ਉਹ ਟਾਈਮਲੀ ਕਲੀਅਰ ਹੋ ਸਕਣ ਫਿਲਹਾਲ ਅਜਲੇ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ